Hello guys, how are you? I hope you are fine. God give you lot of happiness. Today my vlog is about lime. Let's start our vlog. ਹੁਣ ਅਸੀਂ ਆਟਾ ਛਾਣ ਲਿਆ ਆਟਾ ਛਾਣਨੇ ਤੋਂ ਬਾਅਦ ਅਸੀਂ ਆਟੇ ਦੀ ਬਣਾ ਲਾਂਗੇ ਡੋ ਫਿਰ ਅਸੀਂ ਆਟਾ ਕੱਟ ਕੇ ਕਿਸੇ 'ਚ ਕਿਸੇ ਬਰਤਨ 'ਚ ਫਰਿੱਜ 'ਚ ਰੱਖ ਛੱਡਾਂਗੇ ਕਿਉਂਕਿ ਗਰਮੀਆਂ 'ਚ ਆਟਾ ਜਿਹੜਾ ਨਾ ਠੰਡਾ ਹੋਣ ਤੋਂ ਬਗੈਰ ਨਹੀਂ ਪੱਕਦਾ ਉਹ ਤੋਂ ਬਾਅਦ ਅਸੀਂ ਮੱਝਾਂ ਦੇ ਮੱਝਾਂ ਵਾਸਤੇ ਜੈਗਰੀ ਕਰ ਲਈਏ ਗੋੜ ਜਿੰਨਾ ਆਖੀਦਾ ਉੱਤੇ ਅਸੀਂ ਬੁਰਾ ਪਾ ਲਿਆ ਉੱਤੇ ਅਸੀਂ ਆਟਾ ਪਾ ਲਾਂਦੇ ਅਤੇ ਇਹਨੂੰ ਅਸੀਂ ਮੱਝ ਕੇ ਰੱਖਾਂਗੇ ਅਤੇ ਜਿਹੜੀ ਬੈਫਲ ਹੈ ਨਾ ਸਾਡੀ ਉਹ ਆਪੇ ਇਹਨੂੰ ਖਾ ਲੈਦੀ ਉਹੀ ਤਾਂ ਵੈਸੇ ਮੁੰਮਨ ਪਿੰਨੀਆਂ ਬਣਾ ਕੇ ਮੂੰਹ 'ਚ ਦੇਣਾ ਪੈਂਦਾ ਨਾ ਅਤੇ ਇਹ ਜਿਹੜੀ ਹੈ ਨਾ ਆਪੇ ਖਾ ਲੈਂਦੀ ਹੈ ਉਸ ਤੋਂ ਬਾਅਦ ਅਸੀਂ ਚੱਲੇ ਹਾਂ ਹੁਣ ਬਾਹਰ ਅੱਜ ਮੇਰੇ ਆਏ ਨੇ ਪੰਜ ਉਹਨਾਂ ਖਾਣੇ ਨੇ ਮਿੱਠੇ ਮਿੱਠਿਆਂ ਨਾ ਕਿਤੇ ਲਾਇਮ ਇੰਗਲਿਸ਼ 'ਚ ਅਤੇ ਪੋਮੀਗ੍ਰੇਨੇਟ ਉਹ ਅਸੀਂ ਹੁਣ ਪਲੱਕ ਕਰਨ ਗਏ ਹਾਂ ਮਾਸ਼ਾਅੱਲਾ ਸਾਡੇ ਬੂਟੇ 'ਤੇ ਬਹੁਤ ਹੀ ਜ਼ਿਆਦਾ ਲਾਇਮ ਲੱਗੇ ਨੇ ਇੰਨੇ ਜ਼ਿਆਦਾ ਲੱਗੇ ਨੇ ਕਿ ਈਵਨ ਕਿ ਉਹਦੇ ਕੇ ਡਾਹਣੀਆਂ ਟੁੱਟ ਕੇ ਜਿਹੜੀਆਂ ਨਾ ਜ਼ਿਵੀਂ 'ਤੇ ਆ ਗਈਆਂ ਨੇ ਸਪੋਰਟ ਨਾ ਇਹਨੇ ਲਾਈ ਜੇ ਸਪੋਰਟ ਲਾਈ ਹੁੰਦੀ ਫਿਰ ਤਾਂ ਨਾ ਹੀ ਟੁੱਟਣੀਆਂ ਜਦੋਂ ਹਵਾ ਤੇਜ਼ ਚੱਲੀ ਹੈ ਨਾ ਉਦੋਂ ਫਿਰ ਟੁੱਟ ਗਈ ਡਾਣੀ ਸਾਡੀ ਇੱਕ ਬਾਕੀ ਉਂਝ ਜੁੱਗ ਗਈਆਂ ਨੇ ਹੁਣ ਅਸੀਂ ਲਾਈਮ ਤਕਰੀਬਨ ਤਰੋੜ ਲਏ ਨੇ ਲਾਈਮ ਤਰੋੜਨ ਤੋਂ ਬਾਅਦ ਅਸੀਂ ਹੁਣ ਪੋਮੀਗ੍ਰੇਨੇਟ ਤਰੋੜਾਂਗੇ ਵੇਖੋ ਮਾਸ਼ਾਅੱਲਾ ਕਿੱਡਾ ਰੈੱਡ ਹੈ ਹੋਰ ਵੇਖ ਲੈਂਦੇ ਹਾਂ ਕੋਈ ਲੱਗਿਆ ਪੋਮੀਗ੍ਰੇਨੇਟ ਇਹ ਲੈਮਨ ਲੱਗੇ ਨੇ ਲੈਮਨ ਪਾਣੀ ਵਾਸਤੇ ਵੀ ਯੂਜ਼ ਹੁੰਦੇ ਨੇ ਮੂਮਨ ਸੈਲਡ ਵਾਸਤੇ ਵੀ ਰੋਜ਼ ਯੂਜ਼ ਹੁੰਦੇ ਨੇ ਪੋਮੀਗ੍ਰੇਨੇਟ ਅਸੀਂ ਤਰੋੜ ਲਏ ਨੇ ਤਿੰਨ ਤਰੋੜੇ ਨੇ ਹੁਣ ਅਸੀਂ ਇਹਨੂੰ ਪਾ ਲਾਂਗੇ ਟੋਕਰੀ 'ਚ ਫਿਰ ਅਸੀਂ ਲੈ ਕੇ ਜਾਵਾਂਗੇ ਘਰ ਫਿਰ ਬੱਚੇ ਜਿਹੜੇ ਇਹਨਾਂ ਖਾ ਲੈਣਦੇ ਇਫ ਯੂ ਲਾਈਕ ਮਾਈ ਵੀਡੀਓ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਅੱਲਾ ਹਾਫਿਜ਼ ਵੀ ਮੀਟ ਅਗੇਨ ਇਨ ਅਵਰ ਨੈਕਸਟ ਵਲਾਗ ਓਕੇ ਬੈਸਟ ਆਫ ਲੱਕ